सोच न वाया गास एहो वक्त दी है आवाज एहो वक्त दी है आवाज जे तुहाडी तरक्की दी गति ढिली है ना थोड़ी हौली है प्रगति दी गति तरक्की दी गति रफ्तार ढिली है हौली है ਤੁਹਾਡੇ ਕੋਲੋਂ ਵਾਰ ਵਾਰ ਗਲਤੀ ਹੁੰਦੀ ਹੈ ਤਾਂ ਵੀ ਚਿੰਤਾ ਨਾ ਕਰੋ ਮੰਨ ਲਓ ਦੂਜੇ ਤੁਹਾਡੇ ਮੁਕਾਬਲੇ ਜਲਦੀ ਅੱਗੇ ਵੱਧ ਰਹੇ ਨੇ ਦੂਜੇ ਤੁਹਾਡੇ ਮੁਕਾਬਲੇ ਜਲਦੀ ਅੱਗੇ ਵੱਧ ਰਹੇ ਨੇ ਤੁਸੀਂ ਹੌਲੀ ਹੌਲੀ ਚੱਲ ਰਹੇ ਹੋ ਸੁਣਿਓ ਜੇ ਤੁਹਾਡੀ ਪ੍ਰਗਤੀ ਦੀ ਗਤੀ ਢਿੱਲੀ ਹੈ ਵਾਰ ਵਾਰ ਗਲਤੀ ਹੁੰਦੀ ਹੈ ਤਾਂ ਵੀ ਚਿੰਤਾ ਨਾ ਕਰੋ ਪਤਾ ਕਿਉਂ ਜਿਹੜੇ ਕੋਸ਼ਿਸ਼ ਨਹੀਂ ਕਰਦੇ ਫਿਰ ਵੀ ਤੁਸੀਂ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਅੱਗੇ ਹੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਫਿਰ ਮੈਂ ਦੁਹਰਾ ਰਿਹਾ ਜੇ ਤੁਹਾਡੀ ਪ੍ਰਗਤੀ ਹੌਲੀ ਹੋ ਰਹੀ ਹੈ ਤਰੱਕੀ ਹੌਲੀ ਹੋ ਰਹੀ ਹੈ ਹਾਂਜੀ ਦੂਜੇ ਬੜੀ ਜਲਦੀ ਅੱਗੇ ਵੱਧ ਗਏ ਤੁਹਾਡੇ ਨਾਲ ਵਾਲੇ ਤੁਸੀਂ ਹੌਲੀ ਹੌਲੀ ਚੱਲ ਰਹੇ ਹੋ ਪਿਆਰੇ ਹੋ ਵਾਰ ਵਾਰ ਗਲਤੀ ਵੀ ਕਰਦੇ ਹੋ ਤਾਂ ਵੀ ਟੈਨਸ਼ਨ ਨਾ ਰੱਖੋ ਤਾਂ ਵੀ ਚਿੰਤਾ ਨਾ ਆਪਣੇ ਮਾਈਂਡ ਦੇ ਵਿੱਚ ਰੱਖੋ ਕਿਉਂ ਕਿਉਂਕਿ ਜਿਹੜੇ ਕੋਸ਼ਿਸ਼ ਨਹੀਂ ਕਰਦੇ ਨਾ ਉਹਨਾਂ ਨਾਲੋਂ ਤਾਂ ਵੀ ਤੁਸੀਂ ਕਈ ਗੁਣਾ ਅੱਗੇ ਹੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਹੁਣ ਮੰਨ ਲਓ ਮੈਂ ਕੀਰਤਨ ਸਿੱਖ ਰਿਹਾ ਮੈਨੂੰ ਮੇਰੇ ਉਸਤਾਦ ਨੇ ਕੋਈ ਲੈਸਨ ਦਿੱਤਾ ਨਾਲ ਵਾਲਾ ਬੱਚਾ ਹੈ ਨਾਲ ਵਾਲਾ ਮੇਰਾ ਮਿੱਤਰ ਹੈ ਉਹ ਬੜੀ ਜਲਦੀ ਉਸ ਗੱਲ ਨੂੰ ਪਿਕਅਪ ਕਰ ਰਿਹਾ ਬੜੀ ਜਲਦੀ ਅਭਿਆਸ ਕਰੀ ਜਾ ਰਿਹਾ ਉਹਦੇ ਦਿਮਾਗ 'ਚ ਵੜ ਰਹੀ ਗੱਲ ਮੈਂ ਕੋਸ਼ਿਸ਼ ਕਰਦਾ ਮੇਰਾ ਗਲਾ ਸੁਰਾਂ ਦੇ ਨਾਲ ਸਾਥ ਨਹੀਂ ਦੇ ਰਿਹਾ ਨਹੀਂ ਰਲਦੀ ਆਵਾਜ਼ ਸੁਣਿਓ ਧਿਆਨ ਨਾਲ ਉਹਨੇ ਜਲਦੀ ਪਿਕਅਪ ਕਰ ਲਈ ਗੱਲ ਮੈਂ ਹੌਲੀ ਹੌਲੀ ਕਰ ਰਿਹਾ ਮੈਂ ਕੋਸ਼ਿਸ਼ ਕਰਦਾ ਫਿਰ ਗਲਤੀ ਹੋ ਜਾਂਦੀ ਕੋਸ਼ਿਸ਼ ਕਰਦਾ ਫਿਰ ਗਲਤੀ ਹੋ ਜਾਂਦੀ ਤਾਂ ਵੀ ਦਿਮਾਗ ਦੇ ਉੱਤੇ ਬੋਝ ਪਾਉਣ ਦੀ ਨਹੀਂ ਲੋੜ ਉਹ ਜਿਹੜੇ ਬਿਲਕੁਲ ਵੀ ਅਭਿਆਸ ਨਹੀਂ ਕਰਦੇ ਪ੍ਰਯਾਸ ਨਹੀਂ ਕਰਦੇ ਕੋਸ਼ਿਸ਼ ਨਹੀਂ ਕਰਦੇ ਫਿਰ ਵੀ ਤੂੰ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਅੱਗੇ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੂੰ ਕੋਸ਼ਿਸ਼ ਕਰਨੀ ਨਾ ਛੱਡ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਅੱਜ ਨਹੀਂ ਤੇ ਕੱਲ੍ਹ ਤੇਰੀ ਬਾਂਹ ਫੜੀ ਲੈਣਗੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਹੈ ਇਹ ਮੇਰੀ ਬੇਨਤੀ ਹੈ ਆਖੋ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਅਗਲੀ ਗੱਲ ਸੁਣੋ ਇਹ ਵੀ ਬੜੀ ਕੰਮ ਆਏਗੀ ਲਾਈਫ ਦੇ ਵਿੱਚ ਕਿਸੇ ਇਹ ਬੜੇ ਪਿਆਰੇ ਗੁਰਮੁਖ ਨੇ ਮੈਨੂੰ ਇਹ ਮੈਸੇਜ ਦਿੱਤਾ ਉਹਨੇ ਆਪਣਾ ਸੁਭਾਅ ਮੇਰੇ ਤੱਕ ਪਹੁੰਚਾਇਆ ਲਿਖ ਕੇ ਬੜੀ ਪਿਆਰੀ ਗੱਲ ਹੈ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਬੰਦੇ ਨੂੰ ਅਹਿਮੀਅਤ ਦਿੰਦਾ ਵਾਂ ਹਰ ਬੰਦੇ ਨੂੰ ਛੋਟਾ ਹੈ ਵੱਡਾ ਜਿਹੋ ਜਿਹਾ ਮਰਜ਼ੀ ਹੈ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਬੰਦੇ ਨੂੰ ਅਹਿਮੀਅਤ ਦੇਣਾ ਕਿਉਂਕਿ ਜਿਹੜੇ ਚੰਗੇ ਨੇ ਉਹ ਮੇਰਾ ਸਾਥ ਦੇਣਗੇ ਤੇ ਜਿਹੜੇ ਦੂਸਰੇ ਨੇ ਨਾ ਬੁਰੇ ਨੇ ਉਹ ਮੈਨੂੰ ਸਬਕ ਸਿਖਾਉਣਗੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅਹਿਮੀਅਤ ਮੈਂ ਹਰ ਬੰਦੇ ਨੂੰ ਦੇਣਾ ਜਿਹੜੇ ਚੰਗੇ ਉਹ ਤੇ ਸਾਥ ਦਿੰਦੇ ਨੇ ਤੇ ਜਿਹੜੇ ਬੁਰੇ ਨੇ ਉਹ ਸਬਕ ਸਿਖਾ ਕੇ ਜਾਂਦੇ ਨੇ ਮੈਨੂੰ ਚੱਲਣ ਦਾ ਰਾਹ ਵਿਖਾ ਕੇ ਜਾਂਦੇ ਬਈ ਏਦਾਂ ਨਾ ਚੱਲ ਏਦਾਂ ਚੱਲ ਹਰ ਬੰਦੇ ਨੂੰ ਅਹਿਮੀਅਤ ਦਿਆ ਕਰੋ ਆਪਣੀ ਲਾਈਫ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀਵਨ ਵਿੱਚ ਛੋਟੇ ਵੱਡੇ ਹਰ ਬੰਦੇ ਨੂੰ ਮਹੱਤਵ ਦਿਓ ਹਰ ਬੰਦੇ ਨੂੰ ਗੁਣਾਂ 'ਚ ਕੋਈ ਛੋਟਾ ਵੀ ਹੈ ਨਾ ਉਹਦਾ ਵੀ ਮਾਣ ਕਰੋ ਗੁਣਾਂ 'ਚ ਜਿਹੜਾ ਵੱਡਾ ਉਹਦਾ ਤੇ ਅਸੀਂ ਸਤਿਕਾਰ ਕਰਦੇ ਹਾਂ ਜਿਹੜਾ ਛੋਟਾ ਉਹਦਾ ਵੀ ਮਾਣ ਕਰੋ ਜੀਵਨ ਦੇ ਵਿੱਚ ਛੋਟੇ ਵੱਡੇ ਹਰੇਕ ਬੰਦੇ ਨੂੰ ਮਹੱਤਵ ਦਿਓ ਕਿਉਂ ਕਿਉਂਕਿ ਜਿੱਥੇ ਸੂਈ ਦਾ ਕੰਮ ਹੈ ਉੱਥੇ ਤਲਵਾਰ ਕੰਮ ਨਹੀਂ ਕਰਦੀ ਜਿੱਥੇ ਸੂਈ ਨੇ ਕੰਮ ਕਰਨਾ ਨਾ ਉੱਥੇ ਸੂਈ ਨੇ ਕਰਨਾ ਹੈ ਜਿੱਥੇ ਸੂਈ ਨੇ ਕੰਮ ਆਉਣਾ ਨਾ ਉੱਥੇ ਸੂਈ ਨੇ ਹੀ ਆਉਣਾ ਤਲਵਾਰ ਨੇ ਨਹੀਂ ਆਉਣਾ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਗੁਣਾਂ 'ਚ ਛੋਟਾ ਭਾਵੇਂ ਕੋਈ ਵੱਡਾ ਉਹਨੂੰ ਅਹਿਮੀਅਤ ਦਿਆ ਕਰੋ ਉਹਦੇ ਨਾਲ ਪਿਆਰ ਕਰਿਆ ਕਰੋ ਉਹਨੂੰ ਮਹੱਤਵ ਦਿਆ ਕਰੋ ਕਿਉਂਕਿ ਜਿੱਥੇ ਸੂਈ ਨੇ ਕੰਮ ਆਉਣਾ ਉੱਥੇ ਤਲਵਾਰ ਨੇ ਕੰਮ ਨਹੀਂ ਆਉਣਾ ਜਿੱਥੇ ਤਲਵਾਰ ਨੇ ਆਉਣਾ ਉੱਥੇ ਸੂਈ ਨਹੀਂ ਕਈ ਵਾਰੀ ਆਉਂਦੀ ਹਰ ਬੰਦੇ ਦੀ ਜੀਵਨ ਦੇ ਵਿੱਚ ਜਿਹੜੇ ਇਰਦ ਗਿਰਦ ਨੇ ਸਾਡੇ ਉਹਨਾਂ ਦੀ ਲੋੜ ਹੈ ਸਾਨੂੰ ਜਿੰਨੀਆਂ ਚੰਗੀਆਂ ਬਾਹਾਂ ਸਾਡੇ ਕੋਲ ਹੋਣਗੀਆਂ ਉਨੀ ਹੀ ਤਰੱਕੀ ਵਿੱਚ ਉਹ ਸਪੋਰਟ ਕਰਨਗੀਆਂ ਚੰਗੀਆਂ ਬਾਹਾਂ ਲਫ਼ਜ਼ ਮੈਂ ਵਰਤਣੇ ਆ ਇਹ ਚੀਜ਼ ਵੱਲ ਧਿਆਨ ਦੇਣਾ
आखो धन गुरु रामदास जी। धन गुरु रामदास जी। जिन्हें मैं गल्लां करदा तुहानू पता है घरेलू लैवल दीआं करदा, ग्रस्त जीवन दीआं करदा, अपने इर्द गिर्द दीआं करदा, असी कोई समाज नूं नहीं सुधारना, असी ते अपने आप नूं पहले सवारना। जदों असी अपने आप नूं सवारांगे साडे वल वेख के साडा परिवार भी सवरेगा, जदों परिवार सवरना शुरू हो गया साडे परिवार वल वेख के गुआंढी भी बदलन लग पैणगे, आपे ऐटोमैटिक के प्रचार वधेगा। आप सवारे मैं मिले, मैं मिले हां सुख होए फरीदा, जे तो मेरा होए रहे सब जग तेरा होए। पहले अपने आप नूं सवारीए।